ਨਵੀਆਂ ਗਾਇਡਲਾਈਨਸ ਕੋਵਿਡ ਨੂੰ ਲੈ ਕੇ ਅੱਜ 29 12 2022 ਨੂੰ ਆਗੀਆਂ ਨੇ ਜਿਹੜੀਆਂ ਕਿ 1 ਜਨਵਰੀ 2023 ਤੋਂ ਲਾਗੂ ਹੋਣਗੀਆਂ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਇੰਡੀਆ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਪਰ ਨਾਲ ਨਾਲ ਆਪਾਂ ਜਿਹੜੀਆਂ ਪੋਜ਼ਿਟਿਵ ਫੀਡਬੈਕ ਆਈਆਂ ਨੇ ਕੁਝ ਦਿਨ ਚਾਰ ਸਾਡੇ ਕੋਲ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੋ ਵੀਰ ਕੱਲ ਜਿਹੜਾ ਆ ਪੋਰਟ ਗਾਲ ਤੋਂ ਡੇਲੀ 에ਰਪੋਰਟ ਪਹੁੰਚੇ ਸੀ ਉਹਨਾਂ ਨੇ ਜਾ ਕੇ ਜਿਹੜਾ ਫੀਡਬੈਕ ਸਾਂਝੀ ਕੀਤੀ ਸੀ ਕਿ ਭਾਜੀ ਨਾ ਹੀ ਸਾਨੂੰ ਕਿਸ ਨੇ ਚੜਨ ਲੱਗਿਆ ਪੁੱਛਿਆ ਤੇ ਠੀਕ ਹੈ ਜੀ ਇੱਕ ਵੀਰ ਆਪਣਾ ਫੈਮਲੀ ਨਾਲ ਸਪੇਨ ਤੋਂ ਗਿਆ ਸੀ ਕੱਲ ਡੈਲੀ 에어ਪੋਰਟ ਪਹੁੰਚਿਆ ਸੀ ਉਹਨੇ ਵੀ ਦੱਸਿਆ ਕਿ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਇੱਕ ਵੀਰ ਆਪਣਾ ਅਸਟਰੀਆ ਤੋਂ ਗਿਆ ਆ ਠੀਕ ਹੈ ਜੀ ਤੇ ਉਹਨੇ ਵੀ ਇਹੀ ਫੀਡਬੈਕ ਦਿੱਤੀ ਆ ਕਿ ਸਾਨੂੰ ਵੀ ਕਿਸੇ ਨੇ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਇੱਕ ਵੀਰ ਆਪਣਾ ਕੱਲ ਜਰਮਨ ਤੋਂ ਗਿਆ ਸੀ ਅੱਜ ਹੀ ਪਹੁੰਚਿਆ ਇੰਡੀਆ ਤੇ ਉਹਨੇ ਵੀ ਇਹੀ ਗੱਲ ਦੱਸੀ ਆ ਕਿ ਸਾਨੂੰ ਵੀ ਨਹੀਂ ਪੁੱਛਿਆ ਬਾਕੀ ਰੈਂਡਮਲੀ ਟੈਸਟ ਜਿਹੜਾ ਆ 2% ਉਹ ਜ਼ਰੂਰ ਹੋ ਰਹੇ ਆ ਕਿਸੇ ਦਾ ਹੁੰਦਾ ਆ ਕਿਸੇ ਦਾ ਨਹੀਂ ਹੁੰਦਾ ਹਜੇ ਤੱਕ ਬਹੁਤ ਘੱਟ ਕਰ ਰਿਹਾ ਠੀਕ ਹੈ ਜੀ ਸੋ 43 ਕੇ के 44 ਕੇਸ ਵੀ ਜਿਹੜਾ ਪੋਜ਼ਿਟਿਵ ਪਾਇਆ ਗਿਆ ਇੰਟਰਨੈਸ਼ਨਲ ਪੈਸੈਂਜਰਸ ਦੇ ਵਿੱਚ ਪਰ ਜ਼ਿਆਦਾਤਰ ਹਜੇ ਤੱਕ ਤੰਗ ਪਰੇਸ਼ਾਨ ਨਹੀਂ ਕਰ ਰਹੇ 에ਅਰ ਸਹੂਲਤਾਂ ਦਾ ਫਾਰਮ ਜਿਹੜਾ ਆ ਉਹ 1 ਜਨਵਰੀ ਤੋਂ ਬਾਅਦ ਫਿਰ ਅੱਗੇ ਵਾਂਗੂ ਹੀ ਜੜਾਇਆ ਅਵੇਲੇਬਲ ਹੋ ਜਾਵੇਗਾ ਪਰ ਉਹ 6 ਕੰਟਰੀਆਂ ਵਾਸਤੇ ਉਹ ਕਿਹੜੀਆਂ 6 ਕੰਟਰੀਆਂ ਨੇ ਚਾਈਨਾ ਸਿੰਗਾਪੁਰ ਹਾਂਗਕਾਂਗ ਰਿਪਬਲਿਕ ਆਫ ਕੋਰੀਆ THAILAND ਅਤੇ JAPAN ਜਿਹੜੇ ਲੋਕ ਇਹਨਾਂ ਕੰਟਰੀਆਂ ਦੇ ਵਿੱਚੋਂ ਇੰਡੀਆ ਟ੍ਰੈਵਲ ਕਰਨਗੇ ਉਹਨਾਂ ਨੂੰ 에ਅਰ ਸਹੂਲਤਾਂ ਦਾ ਫਾਰਮ ਭਰਨਾ ਪਵੇਗਾ 1 ਜਨਵਰੀ 2023 ਤੋਂ ਬਾਅਦ ਤੇ ਨਾਲ आरटीपीसीआर रिपोर्ट ਜਿਹੜੀ ਆ ਜਿਵੇਂ ਆਪਾਂ ਪਹਿਲਾਂ ਕਰਵਾਉਂਦੇ ਸੀ ਕਿ 72 ਘੰਟੇ ਵੈਲਿਡ ਰਹਿੰਦੀ ਸੀ ਕਿ ਸੈਂਪਲ ਦੇਣ ਤੋਂ ਬਾਅਦ ਸੋ ਉਦਾਂ ਹੀ ਉਹਨਾਂ ਨੂੰ ਕਰਵਾ ਕੇ ਆਉਣਾ ਪਏਗਾ। ਬਾਕੀ ਉਹਦੇ ਵਿੱਚ ਵੀ ਜਿਹੜੇ ਬੱਚੇ ਆ 12 ਸਾਲ ਦੀ ਏਜ ਤੱਕ ਜਾਂ ਉਸ ਤੋਂ ਥੱਲੇ ਵਾਲੇ ਉਹ ਜਿਹੜੇ ਆ ਇਸ ਗਾਈਡਲਾਈਨਸ ਤੋਂ ਬਾਹਰ ਆ ਨਾ ਹੀ ਉਹਨਾਂ ਨੂੰ ਚੜਨ ਲੱਗਿਆ ਕੋਈ ਟੈਸਟ ਦੀ ਲੋੜ ਆ ਨਾ ਹੀ ਉਤਰਨ ਲੱਗਿਆ। ਹਾਂਜੀ ਉਹਨਾਂ ਦੇ ਵਿੱਚ ਸਫ਼ਰ ਦੇ ਦੌਰਾਨ ਕੋਈ ਸਿੰਪਟਮਸ ਪਾਈ ਜਾਂਦੇ ਆ ਤੇ ਉਹਨਾਂ ਦਾ ਫਿਰ ਟੈਸਟ ਕੀਤਾ ਜਾ ਸਕਦਾ ਆ। ਜੇ ਕੋਈ ਪੋਜ਼ਿਟਿਵ ਨਿਕਲਦਾ ਆ ਤਾਂ ਫਿਰ ਉਹਨਾਂ ਦਾ ਜਿਹੜਾ ਆ ਸਟੈਂਡਰਡ ਪ੍ਰੋਟੋਕੋਲ ਦੇ ਆਧਾਰ ਤੇ ਜਿਹੜਾ ਆ ਦੇ ਵਿੱਚੋਂ ਕਿਤੇ ਵੀ ਸਤੇ ਆ ਤੁਸੀਂ ਪਲੀਜ਼ ਜਿੱਥੋਂ ਵੀ ਤੁਸੀਂ ਟਿਕਟ ਲਈ ਆ ट्रैवल ਏਜੰਸੀ ਕੋਲੋਂ ਜਾਂ ਆਨਲਾਈਨ ਟਿਕਟ ਲਈ ਆ ਤੁਸੀਂ ਪਲੀਜ਼ ਆਪਣੀ ਏਜੰਸੀ ਕੋਲੋਂ ਜਾਂ ਆਪਣੀ 에어ਲਾਈਨ ਕੋਲੋਂ ਕਨਫਰਮ ਕਰ ਸਕਦੇ ਹੋ ਕਿ ਤੁਹਾਨੂੰ 1 ਜਨਵਰੀ 2023 ਤੋਂ ਬਾਅਦ ਆਰਟੀਪੀਸੀ ਆ ਟੈਸਟ ਦੀ ਜਾਂ ਇਸ ਸਭ ਦਾ ਫਾਰਮ ਭਰਨ ਦੀ ਲੋਡ ਪਵੇਗੀ ਜਾਂ ਨਹੀਂ ਪਵੇਗੀ ਠੀਕ ਹੈ ਜੀ ਬਾਕੀ ਇਸ ਅਪਡੇਟ ਦੀ ਇੱਕ ਕਾਪੀ ਮੈਂ ਜਿਹੜੀ ਆ ਆਪਣੀ ਫੇਸਬੁੱਕ ਪੇਜ ਤੇ ਤੇ ਆਪਣੇ ਇੰਸਟਾਗ੍ਰam ਪੇਜ ਤੇ ਅਪਲੋਡ ਕਰ ਦਿੰਨਾ ਆ ਮੇਰਾ ਨਾਮ ਦੋਵਾਂ ਪੇजेस ਤੇ ਸੇਮ ਹੀ ਆ lovesingh.m ਤੁਸੀਂ ਜਿਹੜਾ ਆ ਉੱਥੇ ਜਾ ਕੇ ਆਪਣਾ ਇੱਕ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਡਾਊਨਲੋਡ ਕਰ ਸਕਦੇ ਹੋ ਬਾਕੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਿਓ ਤਾਂ ਜੋ ਜਾਤ ਜਿਆਦਾ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੇ ਕੋਈ ਗੁਸਤਾਖੀ ਹੋ ਜਾਂਦੀ ਆ ਹਮੇਸ਼ਾ ਦੀ ਤਰ੍ਹਾਂ ਤੋਂ ਲਵ ਸਿੰਘ ਹਾਂ ਦੋਵਾਂ ਇਹ ਚੋਟ ਕੀ ਤਰ ਤੁ ਮਾਫੀ ਚਾਹੁੰਦਾ ਆ ਜੀ ਸਸਟਰੀ ਅਕਾਲ ਸਰਨ ਤੇ ਜੋ ਦਵਸਤ ਰਹੋ